ਜੋ ਕਾਲ ਆਉਂਦੀ ਹੈ ਉਹਨਾਂ ਨੇ ਚੱਕੀ ਨਹੀਂ। ਫਿਰ ਵੈਸੇ ਨੋਰਮਲ ਕਾਲ ਜਿਹੜੀ ਆ ਵਟਸਐਪ 'ਤੇ ਉਹ ਆਉਂਦੀ ਹੈ ਅਤੇ ਉਸਦੇ ਵਿੱਚ ਇਹ ਧਮਕੀ ਦੇ ਦਿੱਤੀ ਗਈ ਹੈ ਕਿ ਬਜਰੰਗ ਤੂੰ ਕਾਂਗਰਸ ਛੱਡ ਦੇ, ਇਹੀ ਤੇਰੇ ਲਈ ਅਤੇ ਤੇਰੇ ਪਰਿਵਾਰ ਪਾਣ ਬਜਰੰਗ ਪੂਣੀਆਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ। ਬਜਰੰਗ ਪੂਣੀਆਂ ਨੂੰ ਫੋਨ ਕਰਕੇ ਕਿਹਾ ਗਿਆ ਹੈ ਕਿ ਬਜਰੰਗ ਕਾਂਗਰਸ ਛੱਡ ਦੇ, ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗੀ ਗੱਲ ਨਹੀਂ ਹੋਵੇਗੀ। ਬਿਲਕੁਲ 3-4 ਦਿਨ ਪਹਿਲਾਂ ਹਜੇ ਅਵਿਨੇਸ਼ ਫਗਾਟ ਅਤੇ ਪਹਿਲਵਾਨ ਬਜਰੰਗ ਪੂਣੀਆਂ ਨੇ ਕਾਂਗਰਸ ਜੁਆਇਨ ਕੀਤੀ ਹੈ ਅਤੇ ਬਾਹਰਲੇ ਨੰਬਰ ਤੋਂ ਵਟਸਐਪ ਕਾਲ ਆਈ ਹੈ ਬਜਰੰਗ ਪੂਣੀਆਂ ਨੂੰ, ਜਿਸ ਦੇ ਵਿੱਚ ਸਿੱਧੀ ਸਿੱਧੀ ਧਮਕੀ ਦੇ ਦਿੱਤੀ ਗਈ ਹੈ ਕਿ ਕਾਂਗਰਸ ਛੱਡ ਦੇ, ਇਹਦੇ ਵਿੱਚ ਤੇਰੀ ਭਲਾਈ ਹੈ, ਤੇਰੇ ਪਰਿਵਾਰ ਦੀ ਭਲਾਈ ਹੈ, ਨਹੀਂ ਤਾਂ ਜਿਹੜਾ ਇੰਜਾਮ ਜਿਹੜਾ ਹੈਗਾ ਉਹ ਚੰਗਾ ਨਹੀਂ ਹੋਵੇਗਾ। ਔਰ ਇਸ ਨੂੰ ਲੈ ਕੇ ਬਜਰੰਗ ਪੂਣੀਆਂ ਨੇ ਥਾਣੇ ਦੇ ਵਿੱਚ ਮਾਮਲਾ ਦਰਜ ਜਿਹੜਾ ਹੈਗਾ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਆ ਔਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰ ਇਹ ਧਮਕੀ ਦੇਣ ਦੇ ਪਿੱਛੇ ਬੰਦਾ ਹੈ ਕੌਣ, ਕੌਣ ਬਜਰੰਗ ਪੂਣੀਆਂ ਨੂੰ ਜਿਹੜਾ ਹੈਗਾ ਇਸ ਤਰੀਕੇ ਦੀ ਸ਼ਰੇਆਮ ਖੁੱਲ੍ਹੀ ਧਮਕੀ ਦੇ ਰਿਹਾ ਕਿ ਕਾਂਗਰਸ ਛੱਡ ਦੇ, ਇਹਦੇ ਵਿੱਚ ਤੇਰੀ ਭਲਾਈ ਜਿਹੜੀ ਹੈ ਹੋਵੇਗੀ। ਇੱਥੇ ਦੱਸ ਦਿੰਦੇ ਹਾਂ ਕਿ ਬਜਰੰਗ ਪੂਣੀਆਂ ਕਾਂਗਰਸ ਦੀ ਟਿਕਟ ਦੇ ਉੱਤੇ ਇਲੈਕਸ਼ਨ ਜਿਹੜੇ ਹੈਗੇ ਉਹ ਨਹੀਂ ਲੜਨਗੇ। ਅਵਿਨੇਸ਼ ਫਗਾਟ ਨੂੰ ਜਿਹੜੀ ਆ ਉਹ ਟਿਕਟ ਦੇ ਦਿੱਤੀ ਗਈ ਆ ਅਤੇ ਬਜਰੰਗ ਪੂਣੀਆਂ ਅਵਿਨੇਸ਼ ਫਗਾਟ ਦਾ ਸਾਰਾ ਜਿਹੜਾ ਇਲੈਕਸ਼ਨ ਕੰਪੇਨ ਹੈਗੀ ਆ ਉਹਨੂੰ ਦੇਖਣਗੇ, ਉਹ ਸੰਭਾਲਣਗੇ। ਪਰ ਬੇਹੱਦ ਵੱਡੀ ਖਬਰ ਹੈ ਕਿ ਪਹਿਲਵਾਨ ਬਜਰੰਗ ਪੂਣੀਆਂ ਨੂੰ ਇੱਕ ਬਾਹਰਲੇ ਨੰਬਰ ਤੋਂ ਕਾਲ ਆਉਂਦੀ ਆ, ਉਹ ਗੱਡੀ ਜਾ ਰਹੇ ਸੀ, ਪਹਿਲਾਂ ਵੀਡੀਓ ਕਾਲ ਆਉਂਦੀ ਉਹਨਾਂ ਨੇ ਚੱਕੀ ਨਹੀਂ। ਫਿਰ ਵੈਸੇ ਨੋਰਮਲ ਕਾਲ ਜਿਹੜੀ ਆ ਵਟਸਐਪ 'ਤੇ ਉਹ ਆਉਂਦੀ ਹੈ ਅਤੇ ਉਸਦੇ ਵਿੱਚ ਇਹ ਧਮਕੀ ਦੇ ਦਿੱਤੀ ਗਈ ਹੈ ਕਿ ਬਜਰੰਗ ਤੂੰ ਕਾਂਗਰਸ ਛੱਡ ਦੇ, ਇਹੀ ਤੇਰੇ ਲਈ ਅਤੇ ਤੇਰੇ ਪਰਿਵਾਰ ਦੇ ਲਈ ਚੰਗੀ ਗੱਲ ਹੋਏਗੀ, ਨਹੀਂ ਤਾਂ ਬਹੁਤ ਔਖਾ ਹੋਊਗਾ, ਇਸਦੀ ਸਜ਼ਾ ਜਾਂ ਇਸਦਾ ਸਿੱਟਾ ਤੈਨੂੰ ਜਿਹੜਾ ਉਹ ਭੁਗਤਣਾ ਪਊਗਾ। ਬਜਰੰਗ ਪੂਣੀਆਂ ਨੂੰ ਸਿਕਿਉਰਿਟੀ ਪਹਿਲਾਂ ਹੀ ਮਿਲੀ ਹੋਈ ਹੈ, 4 ਤੋਂ 5 ਜਿਹੜੇ ਹੈਗੇ ਆ ਸੁਰੱਖਿਆ ਕਰਮੀ ਬਜਰੰਗ ਦੇ ਨਾਲ ਰਹਿੰਦੇ ਆ। ਪਰ ਫਿਲਹਾਲ ਹਰਿਆਣਾ ਦੇ ਵਿੱਚ MLA ਦੇ ਇਲੈਕਸ਼ਨ ਹੈਗੇ ਆ, ਵਿਧਾਨ ਸਭਾ ਦੇ ਇਲੈਕਸ਼ਨ ਹੈ ਅਤੇ ਉਸਦੇ ਵਿੱਚ ਇਹ ਖਬਰ ਜਦੋਂ ਨਿਕਲ ਕੇ ਸਾਹਮਣੇ ਆਈ ਹੈ, ਕਿਉਂਕਿ ਬਜਰੰਗ ਪੂਣੀਆਂ ਦੇ ਮੋਢਿਆਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਉਹਨਾਂ ਨੇ ਵਿਨੇਸ਼ ਫਗਾਟ ਦੀ ਪੂਰੀ ਇਲੈਕਸ਼ਨ ਕੰਪੇਨ ਨੂੰ ਦੇਖਣਾ ਹੈ, ਜਗ੍ਹਾ ਜਗ੍ਹਾ 'ਤੇ ਉਹਨਾਂ ਨੇ ਇਲੈਕਸ਼ਨ ਦਾ ਪ੍ਰਚਾਰ ਕਰਨ ਦੇ ਲਈ ਜਾਣਾ। ਤੋ ਇਹ ਸਾਰੇ ਦੇ ਵਿੱਚ ਜਦੋਂ ਇਸ ਤਰੀਕੇ ਦੀ ਕੋਈ ਧਮਕੀ ਆ ਜਾਂਦੀ ਹੈ ਤਾਂ ਵਿਘਨ ਜ਼ਰੂਰ ਕਿਤੇ ਨਾ ਕਿਤੇ ਪੈਂਦਾ। ਸੋ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਿੰਨੀ ਛੇਤੀ ਇਸ ਦਾ ਪਤਾ ਲਗਾਉਂਦੀ ਹੈ ਅਤੇ ਧਮਕੀ ਦੇਣ ਵਾਲਾ ਆਖਰ ਇਹ ਬੰਦਾ ਕੌਣ ਹੈ, ਕਿਸ ਦੀ ਸ਼ਹਿ ਦੇ ਉੱਤੇ ਉਸਨੇ ਇਹ ਧਮਕੀ ਦਿੱਤੀ ਹੈ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਸਕਦਾ ਹੈ। ਬਜਰੰਗ ਪੂਣੀਆਂ ਨੇ ਬਹਾਲਗੜ੍ਹ ਥਾਣੇ ਦੇ ਵਿੱਚ ਇਸ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਨਾਲ ਦੀ ਨਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰ ਇਸ ਧਮਕੀ ਦੇ ਪਿੱਛੇ ਕੌਣ ਹੈ, ਕਿਸ ਦੀ ਇਹ ਸਾਜ਼ਿਸ਼ ਹੈ ਔਰ ਕਿਸ ਦੇ ਕਹਿਣ 'ਤੇ ਇਹ ਬਾਹਰਲੇ ਨੰਬਰ ਤੋਂ ਜਿਹੜੀ ਹੈ ਵਿਦੇਸ਼ ਦੇ ਨੰਬਰ ਤੋਂ ਕਾਲ ਬਜਰੰਗ ਪੂਣੀਆਂ ਨੂੰ ਕੀਤੀ ਗਈ ਹੈ। ਪਾਣ ਬਜਰੰਗ ਪੂਣੀਆਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ। ਬਜਰੰਗ ਪੂਣੀਆਂ ਨੂੰ ਫੋਨ ਕਰਕੇ ਕਿਹਾ ਗਿਆ ਹੈ ਕਿ ਬਜਰੰਗ ਕਾਂਗਰਸ ਛੱਡ ਦੇ, ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗੀ ਗੱਲ ਨਹੀਂ ਹੋਵੇਗੀ। ਬਿਲਕੁਲ 3-4 ਦਿਨ ਪਹਿਲਾਂ ਹਜੇ ਅਵਿਨੇਸ਼ ਫਗਾਟ ਅਤੇ ਪਹਿਲਵਾਨ ਬਜਰੰਗ ਪੂਣੀਆਂ ਨੇ ਕਾਂਗਰਸ ਜੁਆਇਨ ਕੀਤੀ ਹੈ ਅਤੇ ਬਾਹਰਲੇ ਨੰਬਰ ਤੋਂ ਵਟਸਐਪ ਕਾਲ ਆਈ ਹੈ ਬਜਰੰਗ ਪੂਣੀਆਂ ਨੂੰ, ਜਿਸ ਦੇ ਵਿੱਚ ਸਿੱਧੀ ਸਿੱਧੀ ਧਮਕੀ ਦੇ ਦਿੱਤੀ ਗਈ ਹੈ ਕਿ ਕਾਂਗਰਸ ਛੱਡ ਦੇ, ਇਹਦੇ ਵਿੱਚ ਤੇਰੀ ਭਲਾਈ ਹੈ, ਤੇਰੇ ਪਰਿਵਾਰ ਦੀ ਭਲਾਈ ਹੈ, ਨਹੀਂ ਤਾਂ ਜਿਹੜਾ ਇੰਜਾਮ ਜਿਹੜਾ ਹੈਗਾ ਉਹ ਚੰਗਾ ਨਹੀਂ ਹੋਵੇਗਾ।
ਔਰ ਇਸ ਨੂੰ ਲੈ ਕੇ ਬਜਰੰਗ ਪੂਣੀਆ ਨੇ ਥਾਣੇ ਦੇ ਵਿੱਚ ਮਾਮਲਾ ਦਰਜ ਜਿਹੜਾ ਹੈਗਾ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਆ ਔਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰ ਇਹ ਧਮਕੀ ਦੇਣ ਦੇ ਪਿੱਛੇ ਬੰਦਾ ਹੈ ਕੌਣ, ਕੌਣ ਬਜਰੰਗ ਪੂਣੀਆ ਨੂੰ ਜਿਹੜਾ ਹੈਗਾ ਇਸ ਤਰੀਕੇ ਦੀ ਸ਼ਰੇਆਮ ਖੁੱਲ੍ਹੀ ਧਮਕੀ ਦੇ ਰਿਹਾ ਕਿ ਕਾਂਗਰਸ ਛੱਡ ਦੇ ਇਹਦੇ ਵਿੱਚ ਤੇਰੀ ਭਲਾਈ ਜਿਹੜੀ ਹੈ ਹੋਵੇਗੀ। ਇੱਥੇ ਦੱਸ ਦਿੰਦੇ ਹਾਂ ਕਿ ਬਜਰੰਗ ਪੂਣੀਆ ਕਾਂਗਰਸ ਦੀ ਟਿਕਟ ਦੇ ਉੱਤੇ ਇਲੈਕਸ਼ਨ ਜਿਹੜੇ ਹੈਗੇ ਉਹ ਨਹੀਂ ਲੜਨਗੇ। ਵਿਨੇਸ਼ ਫੋਗਾਟ ਨੂੰ ਜਿਹੜੀ ਆ ਉਹ ਟਿਕਟ ਦੇ ਦਿੱਤੀ ਗਈ ਆ ਅਤੇ ਬਜਰੰਗ ਪੂਣੀਆ ਵਿਨੇਸ਼ ਫੋਗਾਟ ਦਾ ਸਾਰਾ ਜਿਹੜਾ ਇਲੈਕਸ਼ਨ ਕੰਪੇਨ ਹੈਗੀ ਆ ਉਹਨੂੰ ਦੇਖਣਗੇ, ਉਹ ਸੰਭਾਲਣਗੇ। ਪਰ ਬੇਹੱਦ ਵੱਡੀ ਖਬਰ ਹੈ ਕਿ ਪਹਿਲਵਾਨ ਬਜਰੰਗ ਪੂਣੀਆ ਨੂੰ ਇੱਕ ਬਾਹਰਲੇ ਨੰਬਰ ਤੋਂ ਕਾਲ ਆਉਂਦੀ ਆ, ਉਹ ਗੱਡੀ ਜਾ ਰਹੇ ਸੀ, ਪਹਿਲਾਂ ਵੀਡੀਓ ਕਾਲ ਆਉਂਦੀ ਉਹਨਾਂ ਨੇ ਚੱਕੀ ਨਹੀਂ, ਫਿਰ ਵੈਸੇ ਨੋਰਮਲ ਕਾਲ ਜਿਹੜੀ ਆ ਵਟਸਐਪ 'ਤੇ ਉਹ ਆਉਂਦੀ ਹੈ ਅਤੇ ਉਸਦੇ ਵਿੱਚ ਇਹ ਧਮਕੀ ਦੇ ਦਿੱਤੀ ਗਈ ਹੈ ਕਿ ਬਜਰੰਗ ਤੂੰ ਕਾਂਗਰਸ ਛੱਡ ਦੇ, ਇਹੀ ਤੇਰੇ ਲਈ ਅਤੇ ਤੇਰੇ ਪਰਿਵਾਰ ਦੇ ਲਈ ਚੰਗੀ ਗੱਲ ਹੋਏਗੀ, ਨਹੀਂ ਤਾਂ ਬਹੁਤ ਔਖਾ ਹੋਊਗਾ, ਇਸਦੀ ਸਜ਼ਾ ਜਾਂ ਇਸਦਾ ਸਿੱਟਾ ਤੈਨੂੰ ਜਿਹੜਾ ਉਹ ਭੁਗਤਣਾ ਪਊਗਾ। ਬਜਰੰਗ ਪੂਣੀਆ ਨੂੰ ਸਿਕਿਉਰਿਟੀ ਪਹਿਲਾਂ ਹੀ ਮਿਲੀ ਹੋਈ ਹੈ, 4 ਤੋਂ 5 ਜਿਹੜੇ ਹੈਗੇ ਆ ਸੁਰੱਖਿਆ ਕਰਮੀ ਬਜਰੰਗ ਦੇ ਨਾਲ ਰਹਿੰਦੇ ਆ। ਪਰ ਫਿਲਹਾਲ ਹਰਿਆਣਾ ਦੇ ਵਿੱਚ MLA ਦੇ ਇਲੈਕਸ਼ਨ ਹੈਗੇ ਆ, ਵਿਧਾਨ ਸਭਾ ਦੇ ਇਲੈਕਸ਼ਨ ਹੈ ਅਤੇ ਉਸਦੇ ਵਿੱਚ ਇਹ ਖਬਰ ਜਦੋਂ ਨਿਕਲ ਕੇ ਸਾਹਮਣੇ ਆਈ ਹੈ, ਕਿਉਂਕਿ ਬਜਰੰਗ ਪੂਣੀਆ ਦੇ ਮੋਢਿਆਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਉਹਨਾਂ ਨੇ ਵਿਨੇਸ਼ ਫੋਗਾਟ ਦੀ ਪੂਰੀ ਇਲੈਕਸ਼ਨ ਕੰਪੇਨ ਨੂੰ ਦੇਖਣਾ ਹੈ, ਜਗ੍ਹਾ ਜਗ੍ਹਾ 'ਤੇ ਉਹਨਾਂ ਨੇ ਇਲੈਕਸ਼ਨ ਦਾ ਪ੍ਰਚਾਰ ਕਰਨ ਦੇ ਲਈ ਜਾਣਾ। ਤੋ ਇਹ ਸਾਰੇ ਦੇ ਵਿੱਚ ਜਦੋਂ ਇਸ ਤਰੀਕੇ ਦੀ ਕੋਈ ਧਮਕੀ ਆ ਜਾਂਦੀ ਹੈ ਤਾਂ ਵਿਘਨ ਜ਼ਰੂਰ ਕਿਤੇ ਨਾ ਕਿਤੇ ਪੈਂਦਾ। ਸੋ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਿੰਨੀ ਛੇਤੀ ਇਸ ਦਾ ਪਤਾ ਲਗਾਉਂਦੀ ਹੈ ਅਤੇ ਧਮਕੀ ਦੇਣ ਵਾਲਾ ਆਖਰ ਇਹ ਬੰਦਾ ਕੌਣ ਹੈ, ਕਿਸ ਦੀ ਸ਼ਹਿ ਦੇ ਉੱਤੇ ਉਸਨੇ ਇਹ ਧਮਕੀ ਦਿੱਤੀ ਹੈ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਸਕਦਾ। ਬਜਰੰਗ ਪੂਣੀਆ ਨੇ ਬਹਾਲਗੜ੍ਹ ਥਾਣੇ ਦੇ ਵਿੱਚ ਇਸਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਨਾਲ ਦੀ ਨਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰ ਇਸ ਧਮਕੀ ਦੇ ਪਿੱਛੇ ਕੌਣ ਹੈ, ਕਿਸ ਦੀ ਇਹ ਸਾਜਿਸ਼ ਹੈ ਔਰ ਕਿਸ ਦੇ ਕਹਿਣ 'ਤੇ ਇਹ ਬਾਹਰਲੇ ਨੰਬਰ ਤੋਂ ਜਿਹੜੀ ਹੈ ਵਿਦੇਸ਼ ਦੇ ਨੰਬਰ ਤੋਂ ਕਾਲ ਬਜਰੰਗ ਪੂਣੀਆ ਨੂੰ ਕੀਤੀ ਗਈ ਹੈ। ਭਾਣ ਬਜਰੰਗ ਪੂਣੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਬਜਰੰਗ ਪੂਣੀਆ ਨੂੰ ਫੋਨ ਕਰਕੇ ਕਿਹਾ ਗਿਆ ਹੈ ਕਿ ਬਜਰੰਗ ਕਾਂਗਰਸ ਛੱਡ ਦੇ, ਨਹੀਂ ਤਾਂ ਤੇਰੇ ਅਤੇ ਤੇਰੇ ਪਰਿਵਾਰ ਦੇ ਲਈ ਚੰਗੀ ਗੱਲ ਨਹੀਂ ਹੋਵੇਗੀ। ਬਿਲਕੁਲ 3-4 ਦਿਨ ਪਹਿਲਾਂ ਹਜੇ ਵਿਨੇਸ਼ ਫੋਗਾਟ ਅਤੇ ਪਹਿਲਵਾਨ ਬਜਰੰਗ ਪੂਣੀਆ ਨੇ ਕਾਂਗਰਸ ਜੁਆਇਨ ਕੀਤੀ ਹੈ ਅਤੇ ਬਾਹਰਲੇ ਨੰਬਰ ਤੋਂ ਵਟਸਐਪ ਕਾਲ ਆਈ ਹੈ ਬਜਰੰਗ ਪੂਣੀਆ ਨੂੰ, ਜਿਸ ਦੇ ਵਿੱਚ ਸਿੱਧੀ ਸਿੱਧੀ ਧਮਕੀ ਦੇ ਦਿੱਤੀ ਗਈ ਹੈ ਕਿ ਕਾਂਗਰਸ ਛੱਡ ਦੇ, ਇਹਦੇ ਵਿੱਚ ਤੇਰੀ ਭਲਾਈ ਹੈ, ਤੇਰੇ ਪਰਿਵਾਰ ਦੀ ਭਲਾਈ ਹੈ, ਨਹੀਂ ਤਾਂ ਜਿਹੜਾ ਇੰਜਾਮ ਜਿਹੜਾ ਹੈਗਾ ਉਹ ਚੰਗਾ ਨਹੀਂ ਹੋਵੇਗਾ। ਔਰ ਇਸ ਨੂੰ ਲੈ ਕੇ ਬਜਰੰਗ ਪੂਣੀਆ ਨੇ ਥਾਣੇ ਦੇ ਵਿੱਚ ਮਾਮਲਾ ਦਰਜ ਜਿਹੜਾ ਹੈਗਾ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਆ ਔਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰ ਇਹ ਧਮਕੀ ਦੇਣ ਦੇ ਪਿੱਛੇ ਬੰਦਾ ਹੈ ਕੌਣ, ਕੌਣ ਬਜਰੰਗ ਪੂਣੀਆ ਨੂੰ ਜਿਹੜਾ ਹੈਗਾ ਇਸ ਤਰੀਕੇ ਦੀ ਸ਼ਰੇਆਮ ਖੁੱਲ੍ਹੀ ਧਮਕੀ ਦੇ ਰਿਹਾ ਕਿ ਕਾਂਗਰਸ ਛੱਡ ਦੇ, ਇਹਦੇ ਵਿੱਚ ਤੇਰੀ ਭਲਾਈ ਜਿਹੜੀ